अभी जो दीप सिंधु को गिरफ्तार किया है उसमें ये बात भी सामने आई है कि आप उनसे मिले थे दीप सिंधु से? मैं तो नहीं मिला उससे, दीप सिंधु से कभी नहीं मिला। अब पता नहीं मिल गया होगा, इसमें मैं तो मेरी कभी बैठ कर नहीं बात हुई उससे। असली पंजाबी चैनल दी को होर नवी वीडियो विच दोस्तों तुहाडा स्वागत है। दोस्तों इस वीडियो विच गल करांगे दीप सिद्धू नूं किसने जानो मारन दी धमकी दित्ती अते नाल ही गल करांगे बब्बू मान ने दीप सिद्धू बारे की कहा। ਤਾਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ, ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਵੀ ਕਰਿਓ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਦੀਪ ਸਿੱਧੂ ਨੂੰ ਅਰੈਸਟ ਕਰਨ ਤੋਂ ਬਾਅਦ 7 ਦਿਨ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ, ਜਿਸ ਦੌਰਾਨ ਦੀਪ ਸਿੱਧੂ ਤੋਂ ਹੋਈ ਪੁੱਛਗਿੱਛ ਵਿੱਚ ਕਈ ਅਹਿਮ ਖੁਲਾਸੇ ਸਾਹਮਣੇ ਆਏ ਨੇ। ਹਾਂਜੀ ਦੋਸਤੋ, ਦੀਪ ਸਿੱਧੂ ਨੂੰ ਕਿਹਾ ਹੈ ਕਿ ਉਸ ਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ, ਜਿਸ ਕਾਰਨ ਉਹ ਲੋਕਾਂ ਤੋਂ ਛੁਪ ਕੇ ਰਹਿ ਰਿਹਾ ਸੀ। ਦੋਸਤੋ ਦੀਪ ਸਿੱਧੂ ਨੂੰ ਇਹ ਧਮਕੀਆਂ ਕੌਣ ਦੇ ਰਿਹਾ ਸੀ ਇਸ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ, ਪਰ ਦੀਪ ਸਿੱਧੂ ਨੇ ਕਿਹਾ ਕਿ ਉਸ ਨੂੰ ਲਗਾਤਾਰ ਹੀ ਫੋਨ ਆ ਰਹੇ ਸੀ। ਨਾਲ ਹੀ ਦੋਸਤੋ ਦੀਪ ਸਿੱਧੂ ਨੇ ਕਿਹਾ ਕਿ ਉਸ ਦੀ ਕਿਸਾਨ ਜਥੇਬੰਦੀਆਂ ਨਾਲ ਨਹੀਂ ਬਣ ਰਹੀ ਸੀ, ਜਿਸ ਕਾਰਨ ਉਹ ਆਪਣੇ ਅਲੱਗ ਹੀ ਰਸਤੇ ਤੇ ਚੱਲ ਰਿਹਾ ਸੀ। ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਉਸਤਾਦ ਬੱਬੂ ਮਾਨ ਨੇ ਦੀਪ ਸਿੱਧੂ ਬਾਰੇ ਕੀ ਕਿਹਾ, ਆਓ ਵੇਖਦੇ ਹਾਂ ਜੀ ਪੂਰੀ ਵੀਡੀਓ। ਦੋ ਰਾਇਆਂ ਨਾ ਬਣਾਓ, ਜੇ ਤੁਹਾਨੂੰ ਲੱਗਦਾ ਮੈਂ ਜਾਂ ਤੁਹਾਡੇ ਚੋਂ ਆਪਾਂ ਕੋਈ ਗੁਸਤਾਖੀ ਜਾਂ ਗੁਨਾਹ ਕਰਿਆ ਤਾਂ ਇਹਦਾ ਨਿਰਣਾ ਬਾਅਦ 'ਚ ਬੈਠ ਕੇ ਹੋ ਜੂਗਾ। ਜਿੰਨੇ ਵੀ ਪੱਤਰਕਾਰ ਭਾਈਚਾਰੇ ਦੇ ਸਵਾਲ ਹੈ ਤੁਸੀਂ ਸਾਰਿਆਂ ਨੂੰ ਇੱਕ ਸਟੇਜ 'ਤੇ ਆਮੰਤ੍ਰਿਤ ਕਰ ਲਾਂਗੇ, ਆਪਾਂ ਇਕੱਠੇ ਹੋ ਕੇ ਜਥੇਬੰਦੀਆਂ ਦੇ ਪ੍ਰਧਾਨ ਵੀ ਬੁਲਾ ਲਾਂਗੇ। ਇੱਕ ਦੂਜੇ 'ਤੇ ਦੂਸ਼ਣ ਲਾਉਣ ਦੀ ਅੱਜ ਦੇ ਯੁੱਗ 'ਚ ਲੋੜ ਨਹੀਂ, ਕਿਉਂਕਿ ਅੱਜ ਕੱਲ੍ਹ ਲਾਈ ਡਿਟੈਕਟਰ ਆ ਜਾਂਦਾ ਅਤੇ ਨਾਲੇ ਨਾਰਕੋ ਟੈਸਟ ਹੋ ਜਾਂਦਾ। ਤੁਹਾਨੂੰ ਲੱਗਦਾ ਜਿਹੜਾ ਝੂਠ ਬੋਲਦਾ ਉਹਦੇ ਇੱਕ ਟੀਕਾ ਲਾਇਆ, ਆਰਾਮ ਨਾਲ ਉਹਨੇ ਸੁੱਤੇ ਪਏ ਜਿਹਨੇ ਦੱਸੀ ਜਾਣਾ ਵੀ ਮੈਂ ਆਹ ਕਰਿਆ। ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ।